ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਗੜ੍ਹ ਬਠਿੰਡਾ 'ਚ ਵਿਕਾਸ ਕ੍ਰਾਂਤੀ ਰੈਲੀ ਕੀਤੀ, ਜਿਸ 'ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ ਸਮੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ਼ਾਮਿਲ ਹੋਈ। ਰੈਲੀ 'ਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਅਤੇ ਨਾਲ ਹੀ ਚੰਡੀਗੜ੍ਹ ਲੋਕ ਸਭਾ ਸੀਟ ਜਿੱਤਣ ਦੀ ਵੀ ਗੱਲ ਕਹੀ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਲਈ 1125 ਕਰੋੜ ਰੁਪਏ ਦੇ ਪੈਕੇਜ ਦਾ ਵੀ ਐਲਾਨ ਕੀਤਾ। ਰੈਲੀ ਦੌਰਾਨ ਸੀਐਮ ਭਗਵੰਤ ਮਾਨ ਨੇ ਬਿਨਾਂ ਨਾਮ ਲਏ ਵਿਕਰਮ ਮਜੀਠੀਆ ਤੇ ਨਿਸ਼ਾਨੇ ਸਾਧੇ ਤੇ ਨਿੱਜੀ ਹਮਲਿਆਂ ਨੂੰ ਲੈ ਕੇ ਪਲਟਵਾਰ ਕੀਤਾ। ਉਹਨਾਂ ਕਿਹਾ ਕਿ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਨੂੰ ਸੜਕਾਂ ਤੇ ਫਰੋਲ ਰਹੇ ਹੋ। ਦੂਜੇ ਦੇ ਘਰ 'ਚ ਲੱਗੀ ਅੱਗ ਲੋਹੜੀ ਲੱਗਦੀ ਹੈ, ਜਦਕਿ ਆਪਣੇ ਘਰ 'ਚ ਲੱਗੀ ਅੱਗ ਦਾ ਸੇਕ ਲੱਗਦਾ ਹੈ। ਸੀਐਮ ਨੇ ਕਿਹਾ ਕਿ ਬਾਦਲ ਦਾ ਸਾਰਾ ਪਰਿਵਾਰ ਹਾਰ ਗਿਆ ਹੈ ਤੇ ਸਿਰਫ ਇੱਕ ਹੀ ਬੱਚੇ ਨੇ, ਹਰਸਿਮਰਤ ਬਾਦਲ, ਉਹਨਾਂ ਨੂੰ ਵੀ ਅਸੀਂ ਹਰਾ ਦਿੱਤਾ। ਮੁੱਖ ਮੰਤਰੀ ਮਾਨ ਨੇ ਤੀਰਥ ਯਾਤਰਾ ਸਕੀਮ ਲਈ ਟ੍ਰੇਨਾਂ ਨਾ ਦੇਣ ਤੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਰੇਲਵੇ ਨੇ ਇੰਜਨ ਨਾ ਹੋਣ ਦੀ ਗੱਲ ਕੀਤੀ ਹੈ। ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਗੁਰਧਾਮਾਂ ਤੇ ਮੱਥਾ ਵੀ ਨਹੀਂ ਟੇਕਣ ਦੇ ਰਹੀ। ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ। ਬੀਜੇਪੀ ਨੂੰ ਦਰਦ ਹੈ ਕਿ ਪੰਜਾਬ 'ਚ ਦੰਗੇ ਕਿਉਂ ਨਹੀਂ ਹੋ ਰਹੇ। ਸੀਐਮ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਨਫ਼ਰਤ ਦਾ ਬੀਜ ਪੈਦਾ ਨਹੀਂ ਹੋ ਸਕਦਾ। ਅਕਾਲੀ ਦਲ 'ਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਨੇ ਨਿਊਜ਼ 18 ਤੇ ਕਿਹਾ ਕਿ 23 ਦਸੰਬਰ ਨੂੰ ਹੋਣ ਵਾਲੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ 'ਚ ਇਸ ਬਾਰੇ ਫੈਸਲਾ ਲਿਆ ਜਾਏਗਾ ਤੇ ਜੇ ਅਕਾਲੀ ਦਲ 'ਚ ਵਾਪਸੀ ਹੋਈ ਤਾਂ ਅਕਾਲੀ ਭਾਜਪਾ ਗੱਠਜੋੜ ਤੇ ਵੀ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਦੇ ਜ਼ਿਆਦਾਤਰ ਲੀਡਰ ਸੁਖਬੀਰ ਬਾਦਲ ਦੇ ਪ੍ਰਧਾਨ ਬਣੇ ਰਹਿਣ ਤੋਂ ਨਾਰਾਜ਼ ਨੇ, ਪਰ ਸੁਖਬੀਰ ਬਾਦਲ ਅਹੁਦੇ ਤੋਂ ਹਟਣ ਲਈ ਤਿਆਰ ਨੇ। ਸੁਖਬੀਰ ਬਾਦਲ ਨੂੰ ਫਿਲਹਾਲ ਪਾਰਟੀ 'ਚ ਨਿਯੁਕਤੀਆਂ ਰੋਕ ਦੇਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀ ਵਾਪਰੀ ਸੰਸਦ 'ਚ ਕੁਤਾਹੀ ਦੀ ਘਟਨਾ ਨੂੰ ਚਿੰਤਾਜਨਕ ਦੱਸਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਸੰਸਦ 'ਚ ਘੁਸਪੈਠ ਦੇ ਪਿੱਛੇ ਅਸਲ ਤੱਤ ਕਿਹੜੇ ਨੇ ਅਤੇ ਇਹਨਾਂ ਤੱਤਾਂ ਦੇ ਮਨਸੂਬੇ ਕੀ ਨੇ। ਪੀਐਮ ਨੇ ਕਿਹਾ ਕਿ ਸਪੀਕਰ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਾਦ ਵਿਵਾਦ ਤੋਂ ਇਸ ਵੇਲੇ ਬਚਣਾ ਚਾਹੀਦਾ। ਸੰਸਦ ਦੀ ਸੁਰੱਖਿਆ ਮਾਮਲੇ ਦੇ ਵਿੱਚ ਨਵਾਂ ਅਪਡੇਟ ਆਇਆ। ਰਾਜਸਥਾਨ ਦੇ ਨਾਗੌਰ ਤੋਂ ਮੁਲਜ਼ਮਾਂ ਦੇ ਫੋਨਾਂ ਦੇ ਪਾਰਟਸ ਬਰਾਮਦ ਕੀਤੇ ਗਏ ਨੇ। ਬਰਾਮਦਗੀ ਮੁਲਜ਼ਮ ਲਲਿਤ ਚਾਹ ਦੀ ਨਿਸ਼ਾਨਦੇਹੀ 'ਤੇ ਹੋਈ ਹੈ। ਗ੍ਰਿਫਤਾਰ ਮੁਲਜ਼ਮਾਂ ਮੁਤਾਬਕ ਸੰਸਦ ਦੇ ਅੰਦਰ ਜਾਣ ਵੇਲੇ ਲਲਿਤ ਚਾਹ ਨੂੰ ਮੋਬਾਈਲ ਦਿੱਤੇ ਗਏ ਸੀ, ਜਿਸ ਤੋਂ ਬਾਅਦ ਮੁਲਜ਼ਮ ਲਲਿਤ ਚਾਹ ਨੇ ਫੋਨਾਂ ਨੂੰ ਤੋੜ ਕੇ ਅੱਗ ਲਾ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸੜੇ ਹੋਏ ਫੋਨਾਂ ਦੇ ਪਾਰਟਸ ਨੂੰ ਹੁਣ ਪੁਲਿਸ ਨੇ ਰਾਜਸਥਾਨ ਦੇ ਨਾਗੌਰ ਤੋਂ ਬਰਾਮਦ। ਜਲੰਧਰ 'ਚ DSP ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ। ਫਾਇਰਿੰਗ ਕਰਨ ਵਾਲਾ DSP ਸ਼ਰਾਬ ਦੇ ਨਸ਼ੇ 'ਚ ਧੁੱਤ ਸੀ। ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ। DSP ਪਾਰਕਿੰਗ ਦੇ ਸਾਹਮਣੇ ਸ਼ਰਾਬ ਪੀ ਰਿਹਾ ਸੀ। ਇੱਕ ਸ਼ਖਸ ਵੱਲੋਂ ਉਸਨੂੰ ਸਾਈਡ ਹੋਣ ਦੀ ਗੱਲ ਕਹੀ ਗਈ, ਜਿਸ 'ਤੇ ਉਹ ਭੜਕ ਗਿਆ ਅਤੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਗੋਲੀ ਚਲਾਉਣ ਤੋਂ ਬਾਅਦ ਲੋਕਾਂ ਨੇ ਉਸਨੂੰ ਕਾਬੂ ਕਰਕੇ ਉਸਦੀ ਕੁੱਟਮਾਰ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ DSP ਨੂੰ ਹਿਰਾਸਤ 'ਚ ਲੈ ਲਿਆ। ਲਾਂਡਰਾਂ ਤੋਂ ਬਾਅਦ ਹੁਣ ਮੋਗਾ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ। ਮੋਗਾ ਦੇ ਪਿੰਡ ਤੋਦਰ ਨੇੜੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋਈ ਹੈ, ਜਿਸ 'ਚ 3 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਨੇ। 3 ਗੈਂਗਸਟਰ ਬਬੀਹਾ ਗੈਂਗ ਦੇ ਦੱਸੇ ਜਾ ਰਹੇ ਨੇ। ਇਸ ਮੁੱਠਭੇੜ 'ਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ। ਗੈਂਗਸਟਰਾਂ ਕੋਲੋਂ ਵੱਡੀ ਗਿਣਤੀ 'ਚ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਨੇ। ਕਿਹਾ ਸਲਾਇਆ ਜਾ ਰਿਹਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ। ਤਲਵੰਡੀ ਸਾਬੋ 'ਚ ਪੈਟਰੋਲ ਪੰਪ ਦੇ ਮਾਲਕ 'ਤੇ ਫਾਇਰਿੰਗ ਕੀਤੀ ਗਈ ਹੈ। ਫਾਇਰਿੰਗ ਦੌਰਾਨ ਪੰਪ ਦੇ ਮਾਲਕ 'ਤੇ ਕਰਿੰਦੇ ਦੇ ਗੋਲੀ ਦਾ ਛਰਾ ਲੱਗਿਆ। ਬਦਮਾਸ਼ਾਂ ਵੱਲੋਂ ਕੁਝ ਦਿਨ ਪਹਿਲਾਂ ਪੈਟਰੋਲ ਪੰਪ 'ਤੇ ਤੇਲ ਪਵਾਇਆ ਗਿਆ ਸੀ, ਪਰ ਪੈਸੇ ਨਹੀਂ ਦਿੱਤੇ ਗਏ ਸੀ, ਜਿਸ ਦੇ ਚੱਲਦਿਆਂ ਥਾਣੇ 'ਚ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਸੀ। ਬੀਤੇ ਦਿਨੀ ਪੈਟਰੋਲ ਪੰਪ 'ਤੇ ਇਹਨਾਂ ਬਦਮਾਸ਼ਾਂ ਵੱਲੋਂ ਪੰਪ ਦੇ ਮਾਲਕ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ। ਤਲਵੰਡੀ ਸਾਬੋ ਦੀਆਂ ਕਚਹਿਰੀਆਂ ਕੋਲ ਪਹੁੰਚਣ 'ਤੇ ਮੁਲਜ਼ਮਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਮੇਵਾਤ ਦੇ ਪਿੰਡ ਬੁਰਾਕਾ 'ਚ ਦਰਖਤ ਕੱਟਣ ਨਾਲ ਬਿਜਲੀ ਦਾ ਖੰਭਾ ਡਿੱਗ ਪਿਆ, ਜਿਸ ਦੀ ਚਪੇਟ 'ਚ ਆਉਣ ਨਾਲ 3 ਲੋਕ ਜ਼ਖਮੀ ਹੋ ਗਏ। ਇਹਨਾਂ 'ਚੋਂ ਇੱਕ 10 ਸਾਲਾ ਬੱਚਾ ਵੀ ਸ਼ਾਮਿਲ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਰੁੱਖ ਵੱਢ ਰਿਹਾ ਠੇਕੇਦਾਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਹਾਦਸੇ ਨੂੰ
ਠੇਕੇਦਾਰ ਤੇ ਬਿਜਲੀ ਮਹਿਕਮੇ ਦੀ ਲਾਪਰਵਾਹੀ ਦੱਸਿਆ। ਉੱਥੇ ਹੀ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਬਿਜਲੀ ਮਹਿਕਮੇ ਨੇ ਹਾਦਸੇ ਦਾ ਠੀਕਰਾ ਠੇਕੇਦਾਰ ਦੇ ਸਿਰ ਫੋੜਿਆ। ਮਲੋਟ 'ਚ ਡੀਜੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਹਲਕਾ ਲੰਬੀ ਦੇ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਵਿਆਹ ਸਮਾਗਮ ਸੀ, ਜਿੱਥੇ ਡੀਜੇ ਬੰਦ ਕਰਾਉਣ ਨੂੰ ਲੈ ਕੇ ਝਗੜਾ ਹੋ ਗਿਆ। ਪੀੜ੍ਹੀ ਦਾ ਕਹਿਣਾ ਹੈ ਕਿ ਸਾਡੇ ਘਰ ਵਿਆਹ ਸਮਾਗਮ ਸੀ, ਡੀਜੇ ਚੱਲ ਰਿਹਾ ਸੀ। ਜਦੋਂ ਸਮਾਗਮ ਸਮਾਪਤ ਹੋ ਗਿਆ ਤਾਂ ਸਾਡੇ ਗੁਆਂਢੀਆਂ ਨੇ ਡੀਜੇ ਲਗਾ ਲਿਆ। ਜਦੋਂ ਅਸੀਂ ਬੰਦ ਕਰਾਉਣ ਗਏ ਤਾਂ ਉਹਨਾਂ ਨੇ ਸਾਡੇ ਉੱਪਰ ਇੱਟਾਂ ਨਾਲ ਹਮਲਾ ਕਰਤਾ, ਜਿਸ 5 ਲੋਕ ਜ਼ਖਮੀ ਹੋ ਗਏ, ਇੱਕ ਔਰਤ ਦੀ ਮੌਤ। ਮੋਹਾਲੀ ਦੇ ਬਲੌਂਗੀ 'ਚ ਪੈਂਦੇ ਜੁਝਾਰ ਨਗਰ 'ਚ ਦੋ ਭਾਣਜਿਆਂ ਨੇ ਆਪਣੇ ਮਾਮੇ 'ਤੇ ਹਮਲਾ ਕਰ ਦਿੱਤਾ। ਚਾਕੂ ਅਤੇ ਰੌਂਡ ਨਾਲ ਕੀਤੇ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਏ ਸ਼ਖਸ ਨੂੰ ਚੰਡੀਗੜ੍ਹ PGI ਦਾਖਲ ਕਰਾਇਆ ਗਿਆ। ਉਧਰ ਪੀੜਿਤ ਪਰਿਵਾਰ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਮਹਿਲਾ ਨੇ ਪਤੀ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਆਪਣੇ ਭਰਾ ਨੂੰ ਸੱਦਿਆ ਸੀ ਅਤੇ ਜਦੋਂ ਭੈਣ ਨੂੰ ਆਪਣੇ ਨਾਲ ਲਿਜਾਣ ਲੱਗਿਆ ਤਾਂ ਮਹਿਲਾ ਦੇ ਦੋ ਪੁੱਤਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਲੰਧਰ 'ਚ ਇੱਕ ਮੁਲਜ਼ਮ ਨੇ ਪੁਲਿਸ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਰਕੇ ਉਸਦੀ ਲੱਤ ਟੁੱਟ ਗਈ। ਪੁਲਿਸ ਨੇ ਉਸਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖਲ ਕਰਾਇਆ। ਇਲਜ਼ਾਮ ਹੈ ਕਿ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਇੱਕ ਪਾਰਟੀ 'ਚ ਹਥਿਆਰ ਲਹਿਰਾਏ ਸੀ, ਜਿਸ ਦੀ ਉਸਨੇ ਵੀਡੀਓ ਬਣਾਈ ਸੀ, ਜਿਸ 'ਤੇ ਐਕਸ਼ਨ ਲੈਂਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਰੇਡ ਕੀਤੀ, ਪਰ ਉਸਨੇ ਗ੍ਰਿਫਤਾਰੀ ਤੋਂ ਬਚਣ ਲਈ ਛਾਲ ਮਾਰ ਦਿੱਤੀ। ਮੁਲਜ਼ਮ 'ਤੇ ਨਸ਼ਾ ਤਸਕਰੀ ਦੇ ਵੀ ਕੇਸ ਦਰਜ। ਫਰੀਦਾਬਾਦ ਦੇ ਬਲਬਗੜ੍ਹ ਦੇ ਸੈਕਟਰ 56 ਤੋਂ ਇੱਕ ਨਵਜਾਤ ਬੱਚੀ ਮਿਲੀ ਹੈ, ਜਿਸ ਨੂੰ ਇਲਾਕੇ ਦੀਆਂ ਝਾੜੀਆਂ 'ਚ ਸੁੱਟਿਆ ਹੋਇਆ ਸੀ। ਸੁੱਟਣ ਵਾਲਾ ਕੋਈ ਹੋਰ ਨਹੀਂ ਸਗੋਂ ਇਸ ਬੱਚੀ ਦਾ ਪਿਤਾ ਹੀ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਬੱਚੀ ਦਾ ਜਨਮ 3 ਤਰੀਕ ਨੂੰ ਹੋਇਆ ਸੀ। ਆਕਸੀਜਨ ਦੀ ਕਮੀ ਦੇ ਚੱਲਦੇ ਡਾਕਟਰ ਨੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਕਿਹਾ ਸੀ, ਪਰ ਉਸਨੇ ਹਸਪਤਾਲ 'ਚ ਭਰਤੀ ਕਰਵਾਉਣ ਦੀ ਬਜਾਏ ਬੱਚੀ ਨੂੰ ਝਾੜੀਆਂ 'ਚ ਸੁੱਟ ਦਿੱਤਾ। ਲੁਧਿਆਣਾ 'ਚ ਦਿਨੋਂ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ। ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਇੱਕ ਚੋਰ ਨੇ ਬੜੇ ਸ਼ਾਤਰ ਢੰਗ ਨਾਲ ਮੋਟਰਸਾਈਕਲ ਚੋਰੀ ਕੀਤਾ, ਜਿਸ ਦੀਆਂ CCTV ਤਸਵੀਰਾਂ ਸਾਹਮਣੇ ਆਈਆਂ। ਇਸ ਬਾਈਕ ਦਾ ਮਾਲਕ ਆਪਣੀ ਦੁਕਾਨ 'ਚ ਕੰਮ ਕਰ ਰਿਹਾ ਹੁੰਦਾ ਅਤੇ ਇਹ ਚੋਰ ਆਉਂਦਾ ਅਤੇ ਬਾਈਕ ਚਾਬੀ ਲਾ ਕੇ ਬਾਈਕ ਨੂੰ ਬੜੀ ਆਸਾਨੀ ਨਾਲ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਲੁਧਿਆਣਾ 'ਚ ਟਿੱਬਾ ਰੋਡ 'ਤੇ ਚੋਰੀਆਂ ਦਾ ਸਿਲਸਿਲਾ ਚੱਲ ਰਿਹਾ। ਬੇਕੌਫ ਹੋਏ ਚੋਰਾਂ ਨੇ ਹੁਣ ਸਿਗਰਟ ਕਾਰੋਬਾਰੀ ਦੇ ਇੱਕ ਗੋਦਾਮ ਨੂੰ ਨਿਸ਼ਾਨਾ ਬਣਾਇਆ। ਬਾਈਕ 'ਤੇ ਸਵਾਰ ਹੋ ਕੇ ਆਏ 3 ਚੋਰਾਂ ਨੇ ਪਹਿਲਾਂ ਗੋਦਾਮ ਦਾ ਸ਼ਟਰ ਤੋੜਿਆ ਅਤੇ ਫਿਰ ਅੰਦਰ ਦਾਖਲ ਹੋ ਕੇ 4 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟ ਦੀਆਂ ਪੇਟੀਆਂ ਚੋਰੀ ਕਰਕੇ ਫਰਾਰ ਹੋ ਗਏ। ਗੋਦਾਮ ਦੇ ਬਾਹਰ ਰੇਹੜੀ ਲਾਉਣ ਵਾਲੇ ਸ਼ਖਸ ਨੇ ਮਾਲਕ ਨੂੰ ਇਸ ਚੋਰੀ ਬਾਰੇ ਦੱਸਿਆ, ਜਿਸ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਕੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਉੱਤਰ ਭਾਰਤ 'ਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਪਹਾੜੀ ਇਲਾਕਿਆਂ 'ਚ ਬਰਫ਼ ਡਿੱਗਣ ਨਾਲ ਮੈਦਾਨੀ ਇਲਾਕਿਆਂ 'ਚ ਠੰਡ ਵੱਧ ਰਹੀ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਠੰਡ ਵਧਣ ਨਾਲ ਖੰਨਾ ਦੇ ਬੱਸ ਸਟੈਂਡ 'ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਸੀ ਅਤੇ ਅਕਸਰ ਇਹ ਬੱਸ ਸਟੈਂਡ 'ਤੇ ਸੌਂਦਾ। 8 ਨਵੰਬਰ ਤੋਂ ਪੰਜਾਬ 'ਚ DC ਦਫ਼ਤਰਾਂ ਦੇ ਕਰਮਚਾਰੀ ਹੜਤਾਲ 'ਤੇ ਨੇ, ਜਿਸ ਕਰਕੇ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਹੁਣ ਲੋਕਾਂ ਦੀ ਮੁਸ਼ਕਲ ਦੂਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੋਮਵਾਰ ਨੂੰ ਮਿਨਿਸਟਰੀਅਲ ਸਟਾਫ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਏਗੀ। ਪੰਜਾਬ ਭਵਨ 'ਚ ਹੋਣ ਵਾਲੀ ਮੀਟਿੰਗ 'ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵਿਚਾਰੇ ਜਾਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ। UK 'ਚ ਭਾਰਤੀ ਵਿਦਿਆਰਥੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹ ਵਿਦਿਆਰਥੀ ਬ੍ਰਿਟੇਨ ਦੇ ਲੌਫਬਰੋ ਯੂਨੀਵਰਸਿਟੀ 'ਚ ਪੜ੍ਹਦਾ ਹੈ, ਜੋ ਕਿ ਪਿਛਲੇ 2 ਦਿਨਾਂ ਤੋਂ ਲਾਪਤਾ ਦੱਸਿਆ ਜਾ ਰਿਹਾ। ਲਾਪਤਾ GS ਪਾਰਟੀਆਂ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕਨੇਰੀ ਵਾਰਫ 'ਚ ਦੇਖਿਆ ਗਿਆ ਸੀ। ਇਸ ਮਾਮਲੇ 'ਚ BJP ਨੇਤਾ ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ, ਯੂਨੀਵਰਸਿਟੀ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਮਦਦ ਦੀ ਅਪੀਲ ਕੀਤੀ ਹੈ। ਸਿਰਸਾ ਨੇ ਵਿਦਿਆਰਥੀ ਦਾ ਰਿਹਾਇਸ਼ੀ ਪਰਮਿਟ ਅਤੇ ਕਾਲਜ ID ਵੀ ਸ਼ੇਅਰ ਕੀਤੀ। ਜਲੰਧਰ ਦੇ ਪ੍ਰਗਟ ਸਿੰਘ ਸੰਧੂ ਨੇ ਅਮਰੀਕਾ 'ਚ ਪੰਜਾਬ ਦਾ ਮਾਣ ਵਧਾਇਆ। ਪ੍ਰਗਟ ਸਿੰਘ ਸੰਧੂ ਅਮਰੀਕਾ 'ਚ ਦੂਜੀ ਵਾਰ ਮੇਅਰ ਬਣੇ ਨੇ, ਜਿਨ੍ਹਾਂ ਨੇ ਕੈਲੀਫੋਰਨੀਆ ਦੇ ਗਾਲਟਾ 'ਚ ਚੋਣ ਜਿੱਤੀ ਹੈ। ਪ੍ਰਗਟ ਸਿੰਘ ਸੰਧੂ ਜਲੰਧਰ ਦੇ ਲਾਂਬੜਾ ਦੇ ਰਹਿਣ ਵਾਲੇ ਨੇ ਅਤੇ
ਲੰਬੇ ਸਮੇਂ ਤੋਂ ਕੈਲੀਫੋਰਨੀਆ 'ਚ ਰਹਿ ਰਹੇ ਨੇ ਅਤੇ ਸਿਆਸਤ 'ਚ ਕਾਫੀ ਸਰਗਰਮ ਨੇ। ਸੰਧੂ ਨੇ ਪਹਿਲੀ ਵਾਰ 2019 'ਚ ਮੇਅਰ ਦੀ ਚੋਣ ਲੜੀ। ਨਿਹੰਗ ਬਾਬਾ ਫਕੀਰ ਸਿੰਘ ਦੇ 8ਵੇਂ ਵੰਸ਼ਜਾਂ ਨੇ ਐਲਾਨ ਕੀਤਾ ਕਿ ਉਹ 22 ਜਨਵਰੀ ਨੂੰ ਅਯੋਧਿਆ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਲੰਗਰ ਲਾਉਣਗੇ। ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ। 3 ਨਵੰਬਰ 1858 ਨੂੰ ਨਿਹੰਗ ਬਾਬਾ ਫਕੀਰ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਬਾਬਰੀ ਢਾਂਚੇ 'ਤੇ ਕਬਜ਼ਾ ਕੀਤਾ ਸੀ ਅਤੇ ਕਬਜ਼ਾ ਕਰਨ ਤੋਂ ਬਾਅਦ ਫਿਰ ਉੱਥੇ ਹਵਨ ਕੀਤਾ ਗਿਆ ਅਤੇ ਸਾਰੀਆਂ ਕੰਧਾਂ 'ਤੇ ਸ਼੍ਰੀ ਰਾਮ ਲਿਖਿਆ ਗਿਆ। ਭਾਰਤ ਨੇ ਆਪਣੇ ਨਾਮ ਇੱਕ ਹੋਰ ਖਿਤਾਬ ਕਰ ਲਿਆ ਹੈ। ਸੂਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਆਫਿਸ ਬਿਲਡਿੰਗ ਬਣੀ ਹੈ, ਜਿਸ ਨੇ ਅਮਰੀਕਾ ਦੀ ਪੈਂਟਾਗਨ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਡਾਇਮੰਡ ਬੌਸ ਬਿਲਡਿੰਗ ਨੇ ਬਣਨ 'ਚ 4 ਸਾਲ ਲੱਗੇ ਨੇ। ਤਕਰੀਬਨ 35 ਏਕੜ ਜ਼ਮੀਨ 'ਚ ਫੈਲੀ ਹੋਈ ਇਹ 15 ਮੰਜ਼ਿਲ ਬਿਲਡਿੰਗ, ਜਿਸ ਦਾ ਉਦਘਾਟਨ PM ਮੋਦੀ ਵੱਲੋਂ ਕੀਤਾ ਗਿਆ, ਬਿਲਡਿੰਗ ਨੂੰ ਵਨ ਸਟੋਪ ਡੈਸਟੀਨੇਸ਼ਨ ਵਜੋਂ ਬਣਾਇਆ ਗਿਆ, ਜਿਸ 'ਚ 65,000 ਤੋਂ ਵੱਧ ਹੀਰਾ ਪੇਸ਼ੇਵਰ ਕੰਮ ਕਰ ਸਕਣਗੇ। ਇਸ ਤੋਂ ਪਹਿਲਾਂ ਅਮਰੀਕਾ ਦੀ ਪੈਂਟਾਗਨ ਕੋਲ ਦੁਨੀਆ ਦੀ ਸਭ ਤੋਂ ਵੱਡੀ ਦਫ਼ਤਰ ਇਮਾਰਤ ਹੋਣ ਦਾ ਖਿਤਾਬ ਸੀ।